दैनिक सवेरा अंधेरे से उजाले की ओर। सत श्री अकाल, मैं नीरू बाजवा। मेरी नवी फिल्म आ रही है प्रॉपर पटोला, जो कि नवंबर 28 में रिलीज़ हो रही है, इस फ्राइडे नू। प्रॉपर पटोला च मेरे नाल हैगे ने युवराज हंस ते हरीश वर्मा। पहली बार मैं डबल रोल कर रही हूँ, सो उम्मीद आ कि सारा नू पसंद आऊगा। हाँ जी, अज मैं पहली बार दैनिक सवेरे दे ऑफिस च आई हाँ, तो धन्यवाद करना चाहनी कि तुसी साडी पूरी टीम नू इत्थे बुलाया अज ते साडी इंट्रोड्यूस कर रहे हैं, सो थैंक यू। बहुत वधिया है, यू नो कुड़ियां काफ़ी आ रही ने नवियां ते पुरानियां भी, सारे ने कम आ, बट हजे भी आई थिंक कुड़ियां लई पंजाबी फिल्मां च ज़्यादा स्ट्रोंग रोल्स जिहड़े हुंदे आ ओह नहीं आए। ਉਹ ਵੱਧ ਪੰਜਾਬੀ ਥੀਏਟਰਾਂ 'ਚ ਤੁਹਾਡੇ ਨਾਮ 'ਤੇ ਅੱਜ ਵੀ ਤੁਸੀਂ? ਨਹੀਂ, ਮੈਂ ਕਾਫੀ ਫਿਲਮਾਂ ਕਰ ਰਹੀ ਹਾਂ, ਹਰ ਸਾਲ ਮੇਰੀ ਦੋ ਤਿੰਨ ਫਿਲਮਾਂ ਆਉਂਦੀਆਂ, ਦੈਟਸ ਨੋਟ ਐਨ ਇਸ਼ੂ, ਬਟ ਜੋ ਫਿਲਮਾਂ ਮੈਨੂੰ ਆਫਰ ਹੁੰਦੀਆਂ, ਜੋ ਦੂਜੀਆਂ ਫਿਲਮਾਂ ਬਣ, ਆਈ ਡੋਨਟ ਨੋ, ਦਿਸ ਗੁੱਡ ਫੋਰ ਫਰ ਮੀ, ਮੈਨੂੰ ਫਿਲਮਾਂ ਮਿਲ ਰਹੀਆਂ ਯਾਰ, ਟਾਕਿੰਗ ਅਬਾਊਟ। ਦਿਲਜੀਤ ਜੀ ਨਾਲ ਮੇਰੀ ਅਗਲੀ ਫਿਲਮ ਆ ਰਹੀ ਹੈ ਸਰਦਾਰ ਜੀ, ਉਹ ਜੂਨ ਵਿੱਚ ਰਿਲੀਜ਼ ਹੋ ਰਹੀ ਹੈ, ਉਹਦੀ ਸ਼ੂਟਿੰਗ ਹੁਣੇ ਕਰਕੇ ਆਈ ਹੈ। 98 ਫਿਲਮਾਂ ਫਲੋਪ ਹੁੰਦੀਆਂ, ਦੋ ਫਿਲਮਾਂ ਹਿੱਟ ਹੁੰਦੀਆਂ, ਕਿਉਂ? ਕਿਉਂ ਆਡੀਅੰਸ, ਆਈ ਮੀਨ ਆਈ ਥਿੰਕ ਚੰਗੀਆਂ ਫਿਲਮਾਂ ਬਣਦੀਆਂ, ਬੁਰੀਆਂ ਫਿਲਮਾਂ ਬਣਦੀਆਂ, ਬਟ ਕਾਫੀ ਫਿਲਮਾਂ ਹਿੱਟ ਰਹੀਆਂ, ਪੰਜਾਬੀ ਫਿਲਮਾਂ ਅੱਛੀਆਂ ਜਾ ਰਹੀਆਂ। ਚਾਰ ਸਾਹਿਬਜ਼ਾਦੇ 1984, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਕਾਫੀ ਫਿਲਮਾਂ ਹਿੱਟ ਰਹੀਆਂ, ਸੋ ਆਈ ਮੀਨ ਗੁੱਡ ਨਾਲ ਬੈਡ ਫਿਲਮਾਂ ਵੀ ਆਉਂਦੀਆਂ, ਦੈਟਸ ਰੀਜ਼ਨ। ਸੰਦੇਸ਼ ਦੇਣਾ ਚਾਹੁੰਦੇ ਹੋ ਮੈਡਮ ਤੁਸੀਂ ਯੂਥ ਨੂੰ ਆਪਣੀ, ਆਪਾਂ ਪੰਜਾਬੀ ਇੰਡਸਟਰੀ ਨੂੰ ਐਜ਼ ਅ ਬਿਜ਼ਨਸ ਪੁਆਇੰਟ ਤਾਂ ਚਲੋ ਹੁੰਦਾ ਹੀ ਹੈ, ਪਰ ਮੈਡਮ ਆਪਣੀ ਦੇਣ ਕੀ ਹੈ ਇੱਕ ਇੰਡਸਟਰੀ ਨੂੰ, ਪੰਜਾਬੀ ਯੂਥ ਨੂੰ, ਪੰਜਾਬੀ ਫਿਲਮ ਇੰਡਸਟਰੀ ਨੂੰ? ਆਈ ਥਿੰਕ ਦੇਣ ਇਹ ਹੀ ਆ ਕਿ ਆਪਣੀ ਲੈਂਗੁਏਜ, ਆਪਣੀ ਜ਼ੁਬਾਨ ਨੂੰ ਜ਼ਿੰਦਾ ਰੱਖ ਰਹੇ ਹਾਂ ਆਪਣੀ ਫਿਲਮਾਂ ਦੇ ਨਾਲ, ਕਿਉਂਕਿ ਹਰ ਇੱਕ ਲੈਂਗੁਏਜ ਦੀ ਆਪਣੀ ਇੰਡਸਟਰੀ ਹੁੰਦੀ ਹੈ, ਤਾਮਿਲ ਫਿਲਮਾਂ, ਹਿੰਦੀ ਫਿਲਮਾਂ, ਅਤੇ ਜੇ ਆਈ ਥਿੰਕ ਜਦ ਤੱਕ ਮੈਨੂੰ ਪਤਾ ਕਿ ਆਪਣੀ ਜਿਹੜੀ ਮਾਂ ਬੋਲੀ ਆ ਪੰਜਾਬੀ, ਉਹ ਕਿਤੇ ਨਾ ਕਿਤੇ ਗੁਆਚ ਰਹੀ ਆ, ਅਤੇ ਫਿਲਮਾਂ ਦੇ ਨਾਲ ਆਪਾਂ ਆਪਣੀ ਜ਼ੁਬਾਨ ਨੂੰ ਜ਼ਿੰਦਾ ਰੱਖਦੇ ਹਾਂ, ਸੋ ਆਈ ਆ ਕਿ ਆਈ ਹੋਪ ਯੂਥ ਪੰਜਾਬੀ ਫਿਲਮਾਂ ਦੇਖਣ ਅਤੇ ਆਪਾਂ ਚੰਗੀਆਂ ਪੰਜਾਬੀ ਫਿਲਮਾਂ ਬਣਾਈਏ। ਮੈਟਰ ਇਹੀ ਹੈ ਬਸ? ਨਹੀਂ, ਮੈਂ ਇਸ ਗੱਲ ਨਾਲ ਡਿਸਐਗਰੀ ਕਰਦੀ ਹਾਂ ਕਿ ਐਨਆਰਆਈ ਸਬਜੈਕਟ 'ਤੇ ਹੀ ਫਿਲਮਾਂ ਬਣ ਰਹੀਆਂ, ਕਿਉਂਕਿ ਇਹ ਪਹਿਲਾਂ ਹੁੰਦਾ ਸੀ ਕਿ ਐਨਆਰਆਈ ਸਬਜੈਕਟ 'ਤੇ ਫਿਲਮਾਂ ਬਣਦੀਆਂ ਸੀ, ਹੁਣ ਤਾਂ ਹਰ ਤਰ੍ਹਾਂ ਦੀ ਫਿਲਮਾਂ ਬਣ ਰਹੀਆਂ, ਸੀਰੀਅਸ ਫਿਲਮਾਂ ਬਣ ਰਹੀਆਂ, ਰਿਲੀਜੀਅਸ ਫਿਲਮਸ, ਕਾਮੇਡੀ, ਰੋਮਾਂਸ, ਸਭ ਕੁਝ ਬਣ ਰਿਹਾ, ਐਕਸ਼ਨ, ਸੋ ਐਂਡ ਆਈ ਥਿੰਕ ਹਰ ਸਾਲ ਪੰਜਾਬੀ ਫਿਲਮ ਇੰਡਸਟਰੀ ਗਰੋ ਕਰ ਰਹੀ ਹੈ, ਸੋ ਇਸ ਗੱਲ ਨਾਲ ਮੈਂ ਅਗਰੀ ਕਰ ਰਹੀ ਹਾਂ। ਗਿੱਪੀ ਦਿਲਜੀਤ ਦੀ ਹੀ ਫਿਲਮ ਕਰੋੜਾਂ ਦਾ ਵਪਾਰ ਕਿਉਂ ਕਰਦੀ ਹੈ? ਵੱਡੇ ਸਟਾਰ ਨੇ, ਵੱਡੇ ਹੀਰੋਜ਼ ਆ, ਸੋ ਸਟਾਰ ਤਾਂ ਤੁਸੀਂ ਵੀ ਹੋ ਮੈਡਮ, ਸਟਾਰ ਤਾਂ ਤੁਸੀਂ ਵੀ। ਮੈਂ ਵੀ ਉਹਨਾਂ ਦੀ ਫਿਲਮਾਂ 'ਚ ਸੀਗੀ, ਤੁਸੀਂ ਭੁੱਲ ਗਏ ਹੋ ਸ਼ਾਇਦ। ਹਾਂਜੀ, ਸੋ ਸਾਰਿਆਂ ਨੂੰ ਰਿਕੁਐਸਟ ਆ ਕਿ ਪ੍ਰੋਪਰ ਪਟੋਲਾ ਜਾ ਕੇ ਜ਼ਰੂਰ ਦੇਖਿਓ, ਇੱਕ ਸਾਫ਼ ਸੁਥਰੀ ਫਿਲਮ ਆ, ਫੈਮਲੀ ਐਂਟਰਟੇਨਰ ਆ, ਇਸ ਫਰਾਈਡੇ ਨੂੰ ਰਿਲੀਜ਼ ਹੋ ਰਹੀ ਹੈ, ਸੋ ਜ਼ਰੂਰ ਜਾ ਕੇ ਦੇਖਿਓ। ਥੈਂਕ ਯੂ।